नमस्कार, हर खबर पंजाब में आपका स्वागत है। मैं हूं आपके साथ भावना त्रिपाठी। रुक करेंगे प्रदेश की तमाम बड़ी खबरों की ओर। आम आदमी पार्टी के उम्मीदवार गुरमीत सिंह मीत हेयर भवानीगढ़ पहुंचे। इस दौरान उन्होंने पत्रकारों के साथ दोपहर का खाना खाया, तो वहीं पत्रकारों से बातचीत करते हुए गुरमीत सिंह मीत हेयर ने विरोधियों पर भी जमकर निशाना साधा। 1.5 महीना मैनूं हो गया संगरूर लोक सभा दे विच प्रचार करदे नूं। तकरीबन हरेक हलके च मैं 3-4 दफा जिहड़ा मैं हो के आ गया गा। अज भी संगरूर दफ्तर दा जिहड़ा उद्घाटन है ਉਹ ਰਸਮੀ ਤੌਰ ਤੇ ਜਿਹੜਾ ਕੀਤਾ, ਕਿਉਂਕਿ ਹੁਣ ਜਿਹੜੀ ਆਉਣ ਵਾਲੇ ਮੈਨੂੰ ਲੱਗਦਾ ਵੀ 1-2 ਦਿਨਾਂ 'ਚ ਕੰਪੇਨ ਜਿਹੜੀ ਆ ਉਹਨੇ ਬਹੁਤ ਜ਼ਿਆਦਾ ਜ਼ੋਰ ਫੜ ਜਾਣਾ, ਕਿਉਂਕਿ ਸਾਰੇ ਜਿਹੜੇ ਲੋਕ ਨੇ ਉਹ ਵਾਢੀ ਤੋਂ ਜਿਹੜੇ ਵਿਹਲੇ ਹੋ ਜਾਣਗੇ, ਕਿਉਂਕਿ ਸਾਰਾ ਤਕਰੀਬਨ 80% ਜਿਹੜਾ ਏਰੀਆ ਸੰਗਰੂਰ ਲੋਕ ਸਭਾ ਦਾ ਉਹ ਰੂਰਲ ਹੈ। ਸੋ ਹਰੇਕ ਪਾਰਟੀ ਕੋਸ਼ਿਸ਼ ਕਰੂਗੀ ਭਾਈ ਵੱਧ ਤੋਂ ਵੱਧ ਏਰੀਆ ਕਵਰ ਕਰਨਾ। ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ 30-30, 35-35 ਪਿੰਡ ਰੋਜ਼ ਜਿਹੜੇ ਆ ਉਹ ਕੱਢੀਏ। ਅਤੇ ਅੱਜ ਸਾਡੇ ਸਾਰੇ ਹਲਕਿਆਂ ਤੋਂ ਵਰਕਰ ਵੀ ਆਏ ਹੋਏ ਸੀ, ਸਾਰਿਆਂ ਦੀ ਇਹੀ ਡਿਮਾਂਡ ਹੈ ਵੀ ਭਾਈ ਸਾਡੇ ਪਿੰਡ ਆਓ, ਸਾਡੇ ਪਿੰਡ ਆਓ। ਪੂਰਵ ਮੁੱਖ ਮੰਤਰੀ ਔਰ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਚੁਣਾਵ ਪ੍ਰਚਾਰ ਕੇ ਲਿਏ ਜਾਲੰਧਰ ਮੇ ਅਲਗ ਅਲਗ ਜਗ੍ਹਾ ਜਾ ਰਹੇ ਹੈ। ਇੱਕ ਤਰਫ ਜਹਾਂ ਲੋਗੋ ਕਾ ਉਨ੍ਹੇ ਭਰਪੂਰ ਸਮਰਥਨ ਮਿਲ ਰਹਾ ਹੈ, ਤੋ ਦੂਸਰੀ ਤਰਫ ਵੋ ਮੀਡੀਆ ਕੇ ਸਵਾਲੋ ਸੇ ਬਚਤੇ ਹੋਏ ਨਜ਼ਰ ਆ ਰਹੇ ਹੈ। ਬਤਾ ਦੇ ਕਿ ਬੀਤੇ ਦਿਨੋਂ ਚਰਨਜੀਤ ਸਿੰਘ ਚੰਨੀ ਕੀ ਤਾਸ਼ ਖੇਲਨੇ ਕੀ ਵੀਡੀਓ ਵਾਇਰਲ ਹੋਈ, ਜਿਸ ਪਰ ਚਰਨਜੀਤ ਸਿੰਘ ਚੰਨੀ ने कहा कि मैं ऐसी गंदी हरकत नहीं करता हूं, बल्कि मेरे परिवार को बदनाम करने की कोशिश की जा रही है और मैं किसी बात का कोई जवाब नहीं देना चाहता। ਉਹਨਾਂ ਵੱਲੋਂ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਹਮੇਸ਼ਾ ਹੀ ਹਰ ਰੋਜ਼ ਇਕੱਠ ਕਰਕੇ ਸਮਰਥਨ ਦਿੱਤਾ ਜਾ ਰਿਹਾ ਤੇ ਇੱਕ ਤਰਫਾ ਜਿਹੜੇ ਸਮਾਜ ਹੈ, ਚਾਹੇ ਉਹ ਭਗਵਾਨ ਵਾਲਮੀਕੀ ਦਾ ਸਮਾਜ ਹੈ, ਚਾਹੇ ਗੁਰੂ ਰਵਿਦਾਸ ਜੀ ਦਾ ਸਮਾਜ ਹੈ, ਚਾਹੇ ਉਹ ਵਿਸ਼ਵਕਰਮਾ ਨੂੰ ਮੰਨਣ ਵਾਲੇ ਹੈ, ਚਾਹੇ ਭਗਵਾਨ ਰਾਮ ਨੂੰ ਮੰਨਣ ਵਾਲੇ, ਸਾਰੇ ਇੱਕ ਤਰਫਾ ਹੋ ਕੇ ਮਦਦ ਕਰ ਰਹੇ। लोक सभा चुनाव 2024 के लिए असम के जेल में बंद अमृतपाल सिंह ने विधानसभा क्षेत्र खंडूर साहिब से स्वतंत्र उम्मीदवार के रूप में चुनाव लड़ा है। इसी को लेकर आज अमृतपाल सिंह के पारिवारिक सदस्यों और उनके समर्थकों ने अकाल तख्त साहिब पहुंचकर अरदास की और चुनाव प्रचार शुरू किया। वहीं अमृतपाल सिंह के पिता ने कहा कि अमृतपाल सिंह लोकसभा चुनाव के लिए आजाद उम्मीदवार के तौर पर चुनाव मैदान में उतरे हैं और आज वो चुनाव प्रचार शुरू करेंगे। ਜਿਨ੍ਹਾਂ ਨੇ ਉਹ ਮੋਰਚਾ ਵਾਲਾ ਜਿਹੜਾ ਅਸੀਂ 2-3 ਮਹੀਨੇ ਤੋਂ ਲਾ ਰੱਖਿਆ ਸੀ, ਉਹਦੇ 'ਚ ਸਾਨੂੰ ਕਾਫੀ ਸਫਲਤਾ ਬਖਸ਼ੀ, ਬਹੁਤ ਲੋਕਾਂ ਨੇ ਸਹਿਯੋਗ ਦਿੱਤਾ, ਬਹੁਤ ਜਥੇਬੰਦੀਆਂ ਨੇ ਸਹਿਯੋਗ ਦਿੱਤਾ, ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੰਮ੍ਰਿਤਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਆ, ਅਤੇ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਹੈ ਕਿ ਉਹਨਾਂ ਨੂੰ ਫਤਿਹ ਬਖਸ਼ਣ ਅਤੇ ਚੜ੍ਹਦੀ ਕਲਾ ਕਰਨ ਅਤੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦਾ ਰਸਤਾ ਪੱਧਰਾ ਹੋ ਸਕੇ। ਸਾਰੀ ਸਿੱਖ ਸੰਗਤ ਨੂੰ ਪਤਾ ਹੈ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਖਡੂਰ ਸਾਹਿਬ ਤੋਂ ਮਤਲਬ
ਪ੍ਰਸ਼ਾਦ ਉਮੀਦਵਾਰ ਦੀ ਚੋਣ ਲੜ ਰਹੇ ਸੀ। ਅੱਜ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਵਾਹਿਗੁਰੂ ਇਹਨਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਵੋਟ ਆਸਰਾ ਲੈ ਕੇ ਚੱਲੇ ਹਾਂ। ਇੱਥੋਂ ਨਿਕਲਣ ਲੱਗੇ ਤਰਨ ਤਾਰਨ ਸਾਹਿਬ ਜਾਣਾ ਵਾ। ਵਾਹਿਗੁਰੂ ਉਹਨਾਂ ਨੂੰ ਸਾਨੂੰ ਚੜ੍ਹਦੀ ਕਲਾ ਕਰਨ, ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਮੁੱਖ ਫਤਿਹ ਕਰਨ। ਵਾਹਿਗੁਰੂ ਜੀ ਕਾ ਹੁਣ ਮੁਹਿੰਮ ਦਾ ਆਗਾਜ਼ ਕੀਤਾ ਹੈ ਅਤੇ ਇਹ ਜਿਹੜਾ ਮੋਰਚਾ ਹੈ ਇਹ ਧਰਮ ਯੁੱਧ ਦਾ ਮੋਰਚਾ ਹੀ ਤੁਸੀਂ ਸਮਝੋ ਇਹਨੂੰ। ਅਸੀਂ ਧਰਮ ਦੀ ਲੜਾਈ ਲੜਨ ਵਾਲੇ, ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਅੱਜ ਇਹਨਾਂ ਦੇ ਨਾਲ ਸਹਿਯੋਗ ਕਰਨ ਆਏ ਹਾਂ ਅਤੇ ਪਰਮਾਤਮਾ ਸਾਨੂੰ ਵੀ ਬਲ ਅਤੇ ਬੁੱਧੀ ਬਖਸ਼ੇ ਅਤੇ ਸਾਰੀ ਸੰਗਤ ਨੂੰ ਵੀ ਬਲ ਬੁੱਧੀ ਬਖਸ਼ੇ ਅਤੇ ਸਾਰੇ ਪੰਥ ਨੂੰ ਮੇਰੀ ਅਪੀਲ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਧਰਮ ਦੀ ਲੜਾਈ ਹੈ, ਇਹ ਮਨੁੱਖੀ ਹੱਕਾਂ ਦੀ ਲੜਾਈ ਹੈ। ਸਾਰੇ ਵੈਰ ਵਿਰੋਧ ਛੱਡ ਕੇ ਤੁਸੀਂ ਸਾਡਾ ਉਹ ਬੰਦੀ ਸਿੰਘਾਂ ਦਾ ਜਿਹੜੇ 35-35 ਸਾਲ ਤੋਂ ਵੀ ਬੰਦ ਹੈ ਉਹਨਾਂ ਦੀ ਰਿਹਾਈ ਵਾਸਤੇ ਜੋ ਵੀ ਅਸੀਂ ਸਾਨੂੰ ਕਰਨਾ ਪੈ ਰਿਹਾ, ਅਸੀਂ ਧਰਨੇ ਮੁਜ਼ਾਹਰਿਆਂ ਤੋਂ ਲੈ ਕੇ ਮੋਰਚੇ ਵੀ ਲਾਏ ਹੈ। पिछले दिनों बठिंडा जिले में एक चुनावी रैली को संबोधित करते हुए पंजाब कांग्रेस के प्रधान अमरिंदर सिंह राजा वडिंग की पत्नी अमृता वडिंग के सिख गुरुओं को लेकर विवादित बयान दिया था, जिसके बाद से यह मामला लगातार गर्म होता जा रहा है। बता दें कि पिछले दिनों अमृता वडिंग की तरफ से सोशल मीडिया पर पोस्ट डालकर अपनी इस गलती के लिए माफी मांगी गई थी, लेकिन आज दल खालसा की तरफ से अमृता वडिंग की माफी को नामंजूर करते हुए पुलिस को शिकायत दी गई। तो वहीं दल खालसा के बाबा हरदीप सिंह महाराज ने कहा कि जब जब भी चुनाव आता है तो उसी समय से गुरुओं के नाम पर राजनीति चमकाने की कोशिश की जाती है। ਬਾਬਾ ਹਰਦੀਪ ਸਿੰਘ ਮਹਾਰਾਜ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ SPD ਸਾਹਿਬ ਨੂੰ ਮਿਲ ਕੇ ਆਏ ਹਾਂ, ਉਹਨਾਂ ਨੂੰ ਅਸੀਂ ਇੱਕ ਐਪਲੀਕੇਸ਼ਨ ਦੇ ਕੇ ਆਏ ਹਾਂ ਕਿ ਜਿਹੜੇ ਸਿਆਸੀ ਲੋਕ ਨੇ ਹਰ ਇਲੈਕਸ਼ਨਾਂ ਦੇ ਵਿੱਚ ਬੜਾ ਕੁਛ ਨਾ ਇੱਧਰ ਉੱਧਰ ਕਰਦੇ ਨੇ, ਜਿਵੇਂ ਧਾਰਮਿਕ ਚਿੰਨ੍ਹਾਂ ਦੀ ਵੀ ਗੱਲ ਕਰਦੇ ਨੇ, ਧਾਰਮਿਕ ਹੋਰ ਵੀ ਗੱਲਾਂ ਕਰਦੇ ਨੇ, ਅਤੇ ਇਸੇ ਤਰ੍ਹਾਂ ਹੀ ਕੱਲ੍ਹ ਦੀ ਹੀ ਗੱਲ ਆ ਕਿ ਜਿਹੜੀ ਰਾਜੇ ਵੜਿੰਗ ਦੀ ਘਰਾਂਵਾਲੀ ਅੰਮ੍ਰਿਤ ਵੜਿੰਗ ਉਹ ਇੱਥੇ ਬਠਿੰਡੇ ਦੇ ਵਿੱਚ ਬੋਲ ਕੇ ਗਈ ਆ ਕਿ ਅਸੀਂ ਜੇ ਜਿਹੜਾ ਸਾਡੇ ਕੋਲ ਚੋਣ ਨਿਸ਼ਾਨ ਆ ਇਹ ਬਾਬੇ ਨਾਨਕ ਦਾ ਪੰਜਾ ਆ, ਦਸਾਂ ਗੁਰੂਆਂ ਦਾ ਪੰਜਾ ਆ। फरीदकोट का जिला अदालत में साल 2015 में बहबल कबीले और कोटकपुरा गोलीबारी मामले की सुनवाई हुई और सुनवाई के बाद अदालत ने दोनों मामलों की कार्रवाई 17 मई तक स्थगित करने का आदेश दिया है। आपको बता दें कि बहबल कला और कोटकपुरा गोलीबारी मामलों की जांच कर रही पंजाब पुलिस को विभिन्न SIT द्वारा आरोप पत्र दायर किए गए हैं और दोनों मामलों में आरोपियों के खिलाफ आरोप तय करने की प्रक्रिया जिला अदालत में चल रही है। ਸਾਰੇ ਅਕਿਊਜ਼ ਅਪੀਅਰ ਹੋਏ ਆ, ਐਕਸੈਪਟ ਸਮੇਤ ਸਿੰਘ ਸੈਣੀ ਮਾਨ ਸਾਹਿਬ ਔਰ ਬਾਕੀ ਸਾਰੇ ਜਿਹੜੇ ਹੈ, ਬਾਕੀਆਂ ਦੀ ਜਿਹੜੀ ਹਾਜ਼ਰੀ ਥਰੂ ਵੀਡੀਓ ਕਾਨਫਰੰਸਿੰਗ ਲੱਗੇਗੀ। ਜਿਹੜੇ ਪੇਸ਼ ਹੋਏ ਹੈਗੇ ਚਰਨਜੀਤ ਸਿੰਘ ਰਿਟਾਇਰਡ SSP ਪੇਸ਼ ਹੋਏ ਆ, ਪੰਕਜ ਬਾਂਸਲ ਪੇਸ਼ ਹੋਇਆ, ਸੁਹੇਲ ਬਰਾੜ ਪੇਸ਼ ਹੋਏ ਨੇ ਔਰ ਉਮਰਾ ਨੰਗਲ ਸਾਹਿਬ ਪੇਸ਼ ਹੋਏ ਨੇ। ਜਿਹੜੀ ਨੈਕਸਟ ਡੇਟ ਕੋਰਟ ਨੇ ਅਡਜਰਨ ਕੀਤੀ ਹੈ ਸਰ, ਉਹ 17 ਮਈ ਵਾਸਤੇ ਕੀਤੀ ਹੈ। ਹਾਈਕੋਰਟ 'ਚ ਚਰਨਜੀਤ ਸ਼ਰਮਾ ਨੇ ਟਰਾਂਸਫਰ ਪਾਈ ਸੀਗੀ, ਮੇਰੀ ਜੋ ਲਾਈਫ ਹੈ ਉਹਨੂੰ ਸਿਕਿਉਰਿਟੀ ਥ੍ਰੈਟ ਹੈ ਪੁਲਿਸ ਆਫਿਸਰਸ ਨੂੰ, ਇਹ ਕੇਸ ਇੱਥੋਂ ਟਰਾਂਸਫਰ ਕੀਤਾ ਜਾਵੇ ਚੰਡੀਗੜ੍ਹ ਜਾਂ ਆਊਟ ਆਫ ਪੰਜਾਬ।
ਟ੍ਰਾਂਸਫਰ ਕੀਤਾ ਜਾਵੇ। ਉਹ ਆਰਡਰ 'ਚ ਮੋਹਿਤ ਗਿੱਲ ਸਾਹਿਬ ਨੇ ਜਿਹੜਾ ਹੈ ਹਾਈ ਕੋਰਟ ਦੇ ਆਨਰੇਬਲ ਜਸਟਿਸ ਹੈ ਬਹਿਸ ਸੁਣ ਲਈ ਹੈ ਤੇ ਆਰਡਰ ਜਿਹੜਾ ਹੈ ਉਹ ਰਿਜ਼ਰਵ ਹੈ। बठिंडा के सरकारी मेरिटोरियस स्कूल ने 22वीं और 8वीं के नतीजे में अनोखा मुकाम हासिल किया है। जिला बठिंडा में से 12वीं के नतीजों में से 30 पोजीशन में सिर्फ मेरिटोरियम स्कूल बठिंडा के 23 विद्यार्थियों ने पोजीशन हासिल की है। मेरिटोरियस स्कूल के प्रिंसिपल डॉक्टर गुरदीप सिंह सिद्धू ने बताया कि उनके स्टाफ की मेहनत के चलते विद्यार्थियों ने शिक्षा को लेकर रुचि दिखाई, इसके बाद ही ये मुकाम हासिल हुआ है। खबर बठिंडा से है जहां मेरिटोरियस स्कूल के विद्यार्थियों ने स्कूल का नाम रोशन किया है। आपको बता दें कि 12वीं और 8वीं के नतीजों में विद्यार्थियों ने परचम लहराया है। नतीजे घोषित होने के बाद अभिभावकों और छात्रों में खुशी की लहर देखने को मिली है। तो वहीं स्कूल के प्रिंसिपल का कहना है कि स्कूल के स्टाफ ने इस तरीके से पढ़ाई कराई जिससे बच्चों के अंदर पढ़ाई को लेकर रुचि पैदा हुई, इसी के चलते ऐसा परिणाम सामने आया है। तस्वीरें बठिंडा से हैं जहां नतीजे घोषित होने के बाद छात्रों में खुशी की लहर है। मैं डॉक्टर गुरदीप सिंह सिद्धू, प्रिंसिपल मेरिटोरियस स्कूल बठिंडा। अज साडे वास्ते बड़ी माण वाली गल है कि साडा एक बच्चा मेडिकल दा, प्लस टू मेडिकल दा अश्विनी, जो पंजाब भर दे विचों 500 दे विचों 499 नंबर लैके तीजे स्थान ते रहा। मैं दसना चाहना है ਬਠਿੰਡੇ ਜ਼ਿਲ੍ਹੇ ਦੀਆਂ ਕੁੱਲ 30 ਮੈਰਿਟ ਪੋਜੀਸ਼ਨ ਆਈਆਂ ਜਿਹਦੇ ਵਿੱਚੋਂ ਮੈਰੀਟੋਰੀਅਸ ਸਕੂਲ ਬਠਿੰਡਾ ਦੇ ਹਿੱਸੇ 23 ਮੈਰਿਟ ਪੋਜੀਸ਼ਨ ਆਈਆਂ। ਠੀਕ ਹੈ, ਕਿਵੇਂ ਦੇਖਦੇ ਹੋ ਐਜੂਕੇਸ਼ਨ ਸਿਸਟਮ ਦੇ ਵਿੱਚ ਕਿੰਨਾ ਸੁਧਾਰ ਹੋਇਆ? ਬਹੁਤ ਸੁਧਾਰ ਆ ਜੀ ਐਜੂਕੇਸ਼ਨ ਸਿਸਟਮ ਦੇ। ਪੰਜਾਬ ਸਰਕਾਰ ਐਜੂਕੇਸ਼ਨ ਦੀ ਬਿਹਤਰੀ ਲਈ ਪੂਰਾ ਜ਼ੋਰ ਲਾ ਰਹੀ ਹੈ, ਮੈਰੀਟੋਰੀਅਸ ਸਕੂਲਾਂ ਨੂੰ ਵੀ ਅਪਲਿਫਟ ਕਰ ਰਹੀ ਹੈ, ਇਸ ਤਰ੍ਹਾਂ ਸਕੂਲ ਆਫ ਐਮੀਨੈਂਟਸ ਬਣਾਏ ਗਏ ਹੈ। ਮੈਂ ਦੱਸਣਾ ਚਾਹੁੰਦਾ ਕਿ ਟੋਟਲ ਜਿਹੜੀ 302 ਮੈਰਿਟ ਪੋਜੀਸ਼ਨ ਆਈਆਂ ਉਹਦੇ ਵਿੱਚੋਂ 86 ਜਿਹੜੀਆਂ ਮੈਰਿਟ ਪੋਜੀਸ਼ਨ ਹੈ ਉਹ ਸਾਡੇ ਮੈਰੀਟੋਰੀਅਸ ਸਕੂਲਾਂ ਦੀਆਂ ਦਸਾਂ ਦੀਆਂ। ਸਰ, ਮੇਰਾ ਨਾਮ ਤਨਵੀਰ ਕੌਰ ਹੈ। ਤੁਹਾਡਾ ਰਿਜ਼ਲਟ ਆਇਆ, ਅੱਜ ਕੀ ਕਹਿਣਾ ਚਾਹੋਗੇ ਜਿਹੜਾ ਪਲੱਸ ਟੂ ਦੇ ਰਿਜ਼ਲਟ? ਹਾਂਜੀ ਸਰ, ਅੱਜ ਹੀ ਪਲੱਸ ਟੂ ਕਲਾਸ ਦੀ ਜਿਹੜੀ ਮੈਰਿਟ ਦਾ ਰਿਜ਼ਲਟ ਆਇਆ ਹੈਗਾ ਤੇ ਇਨਫੈਕਟ ਪੂਰੇ ਬਠਿੰਡੇ ਵਿੱਚੋਂ 30 ਮੈਰਿਟ ਪੋਜੀਸ਼ਨਸ ਆਈਆਂ ਨੇ ਜਿਹਦੇ ਵਿੱਚੋਂ ਕਿ 23 ਓਨਲੀ ਐਂਡ ਓਨਲੀ ਮੈਰੀਟੇਰੀਅਸ ਬਠਿੰਡਾ ਦੀਆਂ ਪੋਜੀਸ਼ਨਸ ਨੇ ਤੇ ਅਸੀਂ ਸਾਰੇ ਬਹੁਤ ਹੀ ਖੁਸ਼ ਹਾਂ ਕਿ ਸਾਡੇ ਸਕੂਲ ਦੇ 23 ਸਟੂਡੈਂਟਸ ਜਿਹੜੇ ਹੈਗੇ ਆ ਉਹ ਮੈਰਿਟ ਵਿੱਚ ਆਏ ਆ। ਇਵਨ ਕੱਲ ਇਹ ਨਹੀਂ ਵੀ 23 ਸਟੂਡੈਂਟਸ ਮੈਰਿਟ ਵਿੱਚ ਆਏ ਨੇ, ਇਹ ਹੈਗਾ ਵੀ ਸਾਡੇ ਸਕੂਲ ਵਿੱਚੋਂ ਇੱਕ ਸਟੂਡੈਂਟ ਜਿਹਨੇ 500 ਵਿੱਚੋਂ 499 ਨੰਬਰ ਲੈ ਕੇ 3rd ਪੋਜੀਸ਼ਨ ਪੂਰੇ ਪੰਜਾਬ ਵਿੱਚ ਮੈਰਿਟ ਵਿੱਚ ਹਾਸਲ ਕੀਤੇ ਤੇ ਅਸੀਂ ਸਾਰੇ ਬਹੁਤ ਖੁਸ਼ ਹਾਂ। ਇਸ ਨਾਲ ਸਾਨੂੰ ਇਨਫੈਕਟ ਸਾਨੂੰ ਪ੍ਰੇਰਣਾ ਵੀ ਮਿਲਦੀ ਹੈਗੀ ਵੀ ਜਿਹੜੇ ਸਾਡੇ ਹੁਣ ਸਾਡਾ ਬੈਚ ਹੈਗਾ ਕਿ ਅਸੀਂ ਵੀ ਅੱਗੇ ਹੋਰ ਆਈਏ ਤੇ ਅਸੀਂ ਵੀ ਉਹਨਾਂ ਵਾਂਗੂ ਹੀ ਹੋਰ ਪੋਜੀਸ਼ਨ ਲੈ ਕੇ ਆਈਏ ਤੇ ਅਸੀਂ ਆਪਦੇ ਪ੍ਰਿੰਸੀਪਲ ਸਰ ਦਾ ਮਾਨ ਵਧਾਈਏ। ਸਰ, ਮੇਰਾ ਨਾਮ ਰੁਬੀਨਾ ਹੈ, ਮੈਂ ਮੈਰੀਟੋਰੀ ਸਕੂਲ ਬਠਿੰਡਾ ਵਿੱਚ ਪੜ੍ਹ ਰਹੀ ਹਾਂ। ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਪਲੱਸ ਟੂ ਦਾ ਰਿਜ਼ਲਟ ਆਇਆ। ਅਸੀਂ ਬਹੁਤ ਹੀ ਖੁਸ਼ ਹਾਂ ਕਿ ਸਾਡੇ ਸਕੂਲ ਦੇ ਬਹੁਤ ਸਾਰੇ ਬੱਚਿਆਂ ਨੇ ਬਹੁਤ ਹੀ ਵਿਸ਼ੇਸ਼ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਹਨ। ਜਿਵੇਂ ਕਿ ਪਤਾ ਹੀ ਹੈ ਕਿ ਬਠਿੰਡੇ ਵਿੱਚੋਂ 30 ਮੈਰਿਟਾਂ ਕੁੱਲ 30 ਮੈਰਿਟਾਂ ਆਈਆਂ ਹਨ, ਉਹਨਾਂ 30 ਮੈਰਿਟਾਂ ਵਿੱਚੋਂ ਕੁੱਲ 23 ਮੈਰਿਟਾਂ ਮੈਰੀਟੋਰੀ ਸਕੂਲ ਬਠਿੰਡਾ ਦੀਆਂ ਹਨ, ਜੋ ਕਿ ਸਾਡੇ ਲਈ ਬਹੁਤ ਹੀ ਮਾਣ ਮਹਿਸੂਸ ਹੋਣ ਵਾਲੀ ਗੱਲ ਹੈ ਤੇ ਇਹਦੇ ਵਿੱਚੋਂ ਇਹ ਬਹੁਤ ਹੀ ਮਾਣ ਮਹਿਸੂਸ ਹੋਣ ਵਾਲੀ ਗੱਲ ਹੈ ਕਿ ਜਿਹੜੇ ਕਿ ਪੰਜਾਬ ਵਿੱਚੋਂ 3rd ਰੈਂਕ ਸਾਡੇ ਸਕੂਲ ਦੇ ਇੱਕ ਵਿਦਿਆਰਥੀ ਨੇ ਹਾਸਲ ਕੀਤਾ ਹੈ, ਜਿਸਨੇ ਕਿ ਪੂਰੇ 500 ਵਿੱਚੋਂ 499 ਅੰਕ ਪ੍ਰਾਪਤ ਕਰਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਆਚਾਰ ਸੰਹਿਤਾ ਲਾਗੂ ਹੋਣ ਕੇ ਬਾਅਦ ਸਭੀ ਵਿਭਾਗ ਅਸਮਾਜਿਕ ਗਤੀਵਿਧੀਆਂ ਪਰ ਲਗਾਤਾਰ ਨਜ਼ਰ ਬਣਾਏ ਹੋਏ ਹੈ।
वहीं थाना फिलौर की पुलिस ने नाके के दौरान एक गाड़ी को रोका जिसमें से उन्हें 1 किलो के करीब सोना बरामद हुआ है, जिस पर शक होने के कारण फिलौर पुलिस ने इस बात की सूचना जीएसटी विभाग को दी, जिसके बाद ईटीओ डीएस चीमा ने सोने को कब्जे में लेकर दस्तावेजों की जांच की। दस्तावेज पुख्ता न पाए जाने पर सोना सरकारी खजाने में जमा करवा दिया गया। खबर जालंधर से है, जहां पुलिस को बड़ी सफलता हाथ लगी है। पुलिस ने चेकिंग के दौरान 1 किलो सोना बरामद किया है। इसके बाद पुलिस ने जीएसटी विभाग को सूचना दी, दस्तावेज पुख्ता ना पाए जाने पर सोने को सरकारी खजाने में जमा करवा दिया गया है। लोकसभा चुनाव की तारीखों के ऐलान के बाद देश भर में आचार संहिता लागू हो चुकी है, जिसको लेकर पुलिस प्रशासन सुरक्षा व्यवस्था बनाए रखने के लिए अब अलर्ट मोड पर है। इसी क्रम में लगातार चेकिंग अभियान चलाए जा रहे हैं। इसी दौरान पुलिस ने 1 किलो सोना बरामद किया है, जिसके बाद पुलिस ने जीएसटी विभाग को मामले की सूचना दी। दस्तावेजों के जांच किए जाने पर दस्तावेज पुख्ता नहीं पाए गए, जिसके बाद सोने को कब्जे में लेकर सरकारी खजाने में जमा करा दिया गया है। ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਮੀਡੀਆ ਸੱਜਣਾਂ ਨੂੰ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਸੱਜਣਾਂ ਨੂੰ ਵਧਾਈ ਦੇਣਾ ਚਾਹਾਂਗਾ ਕਿ ਤੁਹਾਡੀ ਮੀਡੀਆ ਕਵਰੇਜ ਦੇ ਆਧਾਰ 'ਤੇ ਲੋਕਾਂ 'ਚ ਜਾਗਰੂਕਤਾ ਆਈ ਹੈ, ਅਤੇ ਉਸ ਜਾਗਰੂਕਤਾ ਦੇ ਕਰਕੇ ਉਹਨਾਂ ਨੇ ਡਿਪਾਰਟਮੈਂਟ ਨੂੰ ਇਹੋ ਜਿਹੀ ਇਨਫੋਰਮੇਸ਼ਨਸ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਦੂਸਰੀ ਚੀਜ਼, ਮੈਂ ਆਪਣੇ ਵਿਭਾਗ ਦੇ ਸੀਨੀਅਰ ਅਫਸਰਾਂ ਦਾ ਵੀ ਧੰਨਵਾਦ ਦੇ ਹਾਂ, ਜਿਨ੍ਹਾਂ ਨੇ ਇਹੋ ਜਿਹੀ ਰੂਪਰੇਖਾ ਉਲੇਖੀ, ਜਿਨ੍ਹਾਂ ਦੇ ਵਿੱਚ ਸਾਡੇ ETC ਪੰਜਾਬ ਸ਼੍ਰੀ ਵਰੁਣ ਰੂਜਮ ਜੀ, ਅਡੀਸ਼ਨਲ ਇਨਵੈਸਟੀਗੇਸ਼ਨ ਮੈਡਮ ਜੀਵਨਜੋਤ ਜੀ, ਡਾਇਰੈਕਟਰ ਇਨਵੈਸਟੀਗੇਸ਼ਨ ਸਰਦਾਰ ਜਸਕਰਨ ਸਿੰਘ ਬਰਾੜ, ਜੁਆਇੰਟ ਡਾਇਰੈਕਟਰ ਇਨਵੈਸਟੀਗੇਸ਼ਨ ਜਲੰਧਰ ਮੰਡਲ ਮੈਡਮ ਦਲਜੀਤ ਕੌਰ, ਅਤੇ ATC ਸਾਹਿਬ ਕਮਲਪ੍ਰੀਤ ਸਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਦੇਈ ਹੈ, ਜਿਨ੍ਹਾਂ ਨੇ ਹਰ ਤਰ੍ਹਾਂ ਦੀ ਸਪੋਰਟ, ਚਾਹੇ ਉਹ ਕਿਸੇ ਵੀ 24 ਘੰਟਿਆਂ 'ਚ ਕੋਈ ਵੀ ਸਮਾਂ ਹੋਵੇ ਉਸ ਵੇਲੇ ਮੁਹੱਈਆ ਕਰਵਾਈ। लुधियाना के अमरपुरा ईसा नगरी पुलिस पर खुले शराब के ठेके का लोगों ने विरोध किया और कहा यह ठेका बिना परमिशन के खोला गया है। वहीं मौके पर पहुंची पुलिस ने कहा वो मामले की जांच कर रहे हैं, और दूसरी ओर ठेकेदारों का कहना है कि सरकार से मंजूर शुदा ठेका है और पूरी परमिशन के तहत ही यहां पर ठेका खोला गया है। खबर लुधियाना से है, जहां शराब ठेके का विरोध लगातार स्थानीय लोगों की ओर से किया जा रहा है। पुलिस मामले की जांच में जुट गई है, तो वहीं ठेकेदार का कहना है कि पूरे परमिशन के साथ ये ठेका यहां खोला गया है। हालांकि स्थानीय लोगों का कहना है कि ये ठेका बिना अनुमति के खोला गया है। मामले की सूचना पुलिस को दे दी गई है, पुलिस मौके पर पहुंची है और आगे की जांच में जुट गई है। ਭਾਈ ਸਾਹਿਬ, ਇਹ ਸਰਕਾਰੀ ਮਨਜ਼ੂਰ ਠੇਕਾ, ਸਰਕਾਰ ਦੀ ਪੋਲਿਸੀ ਦੇ ਅਧੀਨ ਅਸੀਂ ਲਿੱਤਾ। ਸ਼ਿਵਾ ਗਰੁੱਪ ਜਨਕਪੁਰੀ ਸਰਕਲ ਦਾ ਇਹ ਠੇਕਾ, ਜਿਹਦੀ ਇਸ 13 ਠੇਕਿਆਂ ਦੀ ਇੱਕ ਗਰੁੱਪ ਹੁੰਦਾ, ਜਿਹਦੇ 'ਚੋਂ ਇੱਕ ਇਹ ਠੇਕਾ ਸਰਕਾਰ ਨੂੰ ਫੀਸ ਜਮ੍ਹਾਂ ਕਰਾ ਕੇ ਅਲਾਟ ਕਰਾਇਆ ਗਿਆ। ਪਰ ਇਹਨਾਂ ਨੂੰ ਇਤਰਾਜ਼ ਇਹ ਕਹਿ ਰਹੇ ਨੇ ਇੱਥੇ, ਇਹਨੂੰ ਸਰ ਬਾਜ਼ਾਰ ਹੈ, ਦੇਖੋ ਨਾ ਮੇਰੀ ਗੱਲ ਸੁਣੋ, ਬਾਜ਼ਾਰ ਇੱਥੇ ਕੋਈ 150 ਫੁੱਟ 'ਤੇ ਕੋਈ ਗੁਰਦੁਆਰਾ ਮੰਦਿਰ ਦਿਖਾ ਦਿਓ, ਕੋਈ ਸਕੂਲ ਦਿਖਾ ਦਿਓ, ਕੋਈ 150 ਫੁੱਟ 'ਤੇ
ਕੋਈ ਧਾਰਮਿਕ ਜਗ੍ਹਾ ਕੋਈ ਪ੍ਰੋਬਲਮ ਉਹ ਦਿਖਾ ਦਿਓ। ਹੁਣ ਸਰਕਾਰ ਦਾ ਬਾਜ਼ਾਰ ਚ ਚੌੜੇ ਬਾਜ਼ਾਰ ਚ ਖੁੱਲਿਆ ਹੋਇਆ ਠੇਕਾ। फाजिलका बोहर हाईवे पर एक ट्रक चालक को नींद आने से भयानक सड़क हादसा हो गया। इस हादसे में दो ट्रकों के बीच टक्कर हो गई। हादसा इतना भयानक था कि ट्रक का चालक गाड़ी के बीच ही फंस गया। लोगों ने ट्रैक्टर की मदद से ट्रक की बॉडी को सीधा कर एक घंटे की मशक्कत के बाद चालक को बाहर निकाला, जिसे अस्पताल में इलाज के लिए भेजा गया, जहां उसकी हालत गंभीर देखते हुए उसे फरीदकोट रेफर कर दिया गया है। खबर फिरोजपुर से है, जहां दो ट्रकों के बीच टक्कर हो गई। जानकारी के मुताबिक चालक को नींद आने के कारण यह हादसा हुआ है। कड़ी मशक्कत के बाद चालक को गाड़ी से बाहर निकाला गया। हालत को गंभीर देखते हुए चालक को अस्पताल पहुंचाया गया है, जहां से उसे फरीदकोट सेंटर रेफर कर दिया गया है। खबर फिरोजपुर से है, जहां सड़क हादसे में ट्रक चालक घायल हो गया। हाँ जी, एमपी से ये ट्रक भी एमपी से लेके आ रहा है। एमपी से, ठीक है। तो ये हादसा कैसे हुआ? ये सामने वाला गाड़ी वाला आया हमारे सामने से, इधर से। अच्छा, हम इधर से आ रहे थे। अच्छा, आप ही चला रहे थे ट्रक? मैं खुद चला रहा था, मैं खुद मोटर मालिक हूँ इस गाड़ी का। ठीक है, क्या नाम आपका? महेश मोहरे। महेश मोहरे, ये हादसा उसके कारण से हुआ ट्रक के? हाँ, उसके कारण से हुआ। वो नींद में ऊपर आ गया, पूरे हमने पूरी गाड़ी नीचे उतार ली। मैं 6 बजे आपका है। अच्छा, आज सवेरे? आज सवेरे। ਹੋਇਆ ਮਤਲਬ ਹਾਦਸਾ? ਗੱਡੀ ਵਾਲੇ ਨੂੰ ਜੀ ਨੀਂਦ ਆ ਗਈ ਹੈ। ਉਹ ਇੱਕ ਕੈਂਟਰ ਜਾ ਰਿਹਾ ਸੀਗਾ, ਉਹ ਚਰਬੀ ਲੱਦੀ ਹੋਈ ਸੀਗੀ। ਠੀਕ ਹੈ, ਉਹ ਆਪਦੀ ਸਾਈਡ ਸਹੀ ਜਾ ਰਿਹਾ ਸੀ, ਇਹ ਸਾਹਮਣੇ ਤੋਂ ਆ ਰਿਹਾ ਸੀ, ਨੀਂਦ ਆ ਗਈ, ਉਹਦੀ ਵਜ੍ਹਾ ਕਰਕੇ ਹਾਦਸਾ ਹੋ ਗਿਆ। ਅੱਛਾ ਜੀ, ਕੈਂਟਰ ਵਾਲੇ ਦੋਵੇਂ ਬੰਦੇ ਬਚ ਗਏ। ਇਹ ਬੰਦੇ ਦੀ ਲੱਤ ਡੈਮੇਜ ਹੋ ਗਈ, ਅਸੀਂ ਅੰਦਰੋਂ ਕੱਢਿਆ ਇਹਨੂੰ, ਬੜੀ ਮੁਸ਼ਕਤ ਨਾਲ ਟਰੈਕਟਰ ਵਗੈਰਾ ਸੱਦ ਕੇ ਇਹਦੀ ਲੱਤ ਅੰਦਰ ਫਸ ਗਈ ਸੀ। ਠੀਕ ਹੈ, ਹਾਂਜੀ, ਬਚੇ ਤਾਂ ਜਾਨ ਮਾਲ ਬੰਦਾ ਜਾਨ ਬਚਦਾ ਹੈ ਜੀ। पटियाला में एक बार फिर गुंडागर्दी देखने को मिली। दरअसल सुरजीत सिंह और उनके भाई पर पटियाला के मोतीबाग इलाके में कुछ अज्ञात लोगों ने कृपाण से हमला कर दिया, जिसमें दोनों युवक घायल हो गए। गंभीर हालत में दोनों को अस्पताल में भर्ती कराया गया। वहीं मामले को लेकर उन्होंने बताया कि वो बाजार जा रहे थे, जिस दौरान यह हादसा हुआ। ये पूरी घटना सीसीटीवी में रिकॉर्ड हो गई है और पुलिस ने आरोपियों के खिलाफ मामला दर्ज कर कार्रवाई शुरू कर दी है। खबर पटियाला से है, जहां बदमाशों के हौसले बुलंद नजर आ रहे हैं। दो युवकों पर हमला किया गया। हमले में दोनों गंभीर रूप से घायल हो गए हैं, जिन्हें इलाज के लिए अस्पताल में भर्ती कराया गया है। मामले की सूचना पुलिस को दी गई, जिसके बाद पुलिस ने मामला दर्ज कर लिया है और आगे की कार्रवाई में पुलिस जुट गई है। खबर पटियाला से है, जहां अज्ञात लोगों ने दो युवकों पर तेज धार हथियार से हमला कर दिया, जिसके बाद दोनों युवक गंभीर रूप से घायल हो गए। घायलों को इलाज के लिए अस्पताल पहुंचाया गया है, जहां उनका इलाज जारी है। मामले की सूचना पुलिस को दी गई, पुलिस आगे की कार्रवाई में जुट गई है। ਅਸੀਂ ਦੋ ਔਰਤ ਜਾ ਰਹੇ ਸੀ ਜੀ, ਘਰੋਂ ਬਾਜ਼ਾਰ ਵੱਲ ਜਾ ਰਹੇ ਸੀ। ਉੱਥੇ ਇਹਨਾਂ ਨੇ 30-35 ਮੁੰਡੇ ਚੜਾਏ ਹੋਏ ਸੀ ਤਰਪਾਲ, ਅਸੀਂ ਤਾਂ ਨਿਕਲ ਰਹੇ ਸੀ। ਪਹਿਲਾਂ ਵੀ ਘੇਰਿਆ ਸੀ ਇਹਨਾਂ ਨੇ ਇੱਕ ਅੱਧੀ ਵਾਰ ਸਾਨੂੰ,
ਉਦੋਂ ਵੀ ਸੱਟਾਂ ਸੁੱਟਾਂ ਮਾਰੀਆਂ ਇਹਨਾਂ ਨੇ ਸਾਡੇ ਐਤਕੀ, ਫਿਰ ਉਹਨਾਂ ਨੇ ਘੇਰ ਕੇ ਸਾਨੂੰ ਜੇਲ੍ਹ ਲੈ ਗਏ। ਜਦੋਂ ਮੇਰੇ ਸਿਰ 'ਚ ਵੱਜੀ ਮੈਂ ਉਹਦੇ ਚੱਕਰ ਆ ਗਿਆ ਜੀ, ਮੈਨੂੰ ਚੱਕਰ ਆਉਣ ਤੋਂ ਅੱਗੇ ਅੱਗੇ ਪਤਾ ਹੀ ਨਹੀਂ ਲੱਗਿਆ। ਕਾਰਨ ਕੀ ਹੈ? ਕਿੰਨੇ ਲੋਕ ਸੀ ਜਿਨ੍ਹਾਂ ਨੇ ਤੁਹਾਡੇ ਉੱਤੇ ਹਮਲਾ ਕੀਤਾ? ਉਸ ਟਾਈਮ ਮੌਕੇ 'ਤੇ ਮੌਜੂਦ ਸੀਗੇ 15-20 ਮੁੰਡੇ ਸੀਗੇ। ਜਾਣਦੇ ਹੋ ਕਿਸੇ ਨੂੰ? ਹਾਂਜੀ, ਜਾਣਦੇ ਹੋ ਕਿਸੇ ਨੂੰ? ਹਾਂਜੀ ਹਾਂ। लुधियाना के अब्दुल्ला पार बस्ती में पुरानी रंजिश को लेकर दो पक्षों में झगड़ा हो गया। वहीं मारपीट के दौरान गोली लगने से एक युवक गंभीर रूप से घायल हो गया, जिसके बाद जीआरपी मौके पर पहुंची। पुलिस ने जांच शुरू कर दी। उन्होंने कहा कि बयानों के आधार पर उचित कार्रवाई की जाएगी। तो वहीं दूसरी तरफ एसीपीसी जतिन बंसल ने कहा कि दोनों पक्षों के झगड़े में 2-3 गोलियां चली, इस बीच एक व्यक्ति घायल हो गया। खबर लुधियाना से है, जहां पुरानी रंजिश के चलते दो लोगों में विवाद हो गया। इस दौरान विवाद इतना बढ़ गया कि गोलियां भी चली। मामले की सूचना पुलिस को दे दी गई है। पुलिस मौके पर पहुंची और आगे की कार्रवाई में जुट गई। पूरी घटना के दौरान एक व्यक्ति के घायल होने की खबर सामने आई है, जिसे अस्पताल में इलाज के लिए भर्ती कराया गया है। ਕਿ ਕੋਈ ਦੋ ਪਾਰਟੀਜ਼ ਦੀ ਆਪਸ 'ਚ ਲੜਾਈ ਹੋਈ ਹੈ ਅਤੇ ਇੱਥੇ ਫਾਇਰਿੰਗ ਦਾ ਇੰਸੀਡੈਂਟ ਹੋਇਆ। ਕਿੰਨੇ ਫਾਇਰ ਹੋਏ ਨੇ ਜੀ ਇੱਥੇ? ਫਾਇਰ ਹੁਣ ਤਕਰੀਬਨ 2-3 ਫਾਇਰ ਦਾ ਐਸਟੀਮੇਟ ਚੱਲ ਰਿਹਾ ਵੀ ਇੱਥੇ ਹੋਏ ਨੇ। ਬਾਕੀ ਅਸੀਂ ਇਨਵੈਸਟੀਗੇਸ਼ਨ ਕੰਟੀਨਿਊਡ ਹੈ। ਲੜਾਈ ਦਾ ਜਿਹੜੇ ਦੋਵੇਂ ਪਾਰਟੀ ਦੇ ਬੰਦੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਬੰਦੇ ਅਰੈਸਟ ਕੀਤੇ ਜਾਣਗੇ। ਅਤੇ ਸਰ ਕਿੰਨੇ ਬੰਦੇ ਇੰਜਰਡ ਨੇ? ਕੋਈ ਸੀਰੀਅਸ ਵੀ ਹੈਗਾ? ਹਾਂ, ਫਿਲਹਾਲ ਅਸੀਂ ਸਾਰੀ ਡਿਟੇਲ ਗੈਦਰ ਕਰ ਰਹੇ ਹਾਂ। ਅਸੀਂ ਜਸਟ ਮੌਕੇ 'ਤੇ ਆਏ ਹਾਂ, ਹੁਣੇ ਇਨਫੋਰਮੇਸ਼ਨ ਵੀ ਜਸਟ ਆਈ ਹੈ, ਤਾਂ ਸਾਰੀ ਇਨਫੋਰਮੇਸ਼ਨ ਗੈਦਰ ਕਰਕੇ ਤੁਹਾਨੂੰ ਅਪਡੇਟ ਕਰਾਂਗੇ। ਕੀ ਕਾਰਨ ਕੀ ਸੀ ਲੜਾਈ ਦਾ ਜੀ? ਕਾਰਨ ਉਹੀ ਹਲੇ ਸਾਰਾ ਤੁਹਾਨੂੰ ਐਜ਼ ਅਸੀਂ ਦੱਸਿਆ ਕਿ ਹਲੇ ਬੰਦੇ ਫੜਨੇ ਬਾਕੀ ਨੇ। ਕਾਰਨ ਜਦੋਂ ਅਸੀਂ ਫੜ ਲਾਂਗੇ ਉਹਨਾਂ ਦੀ ਇੰਟੈਰੋਗੇਸ਼ਨ 'ਚ ਜ਼ਿਆਦਾ ਕਲੀਅਰ ਹੋਣਗੇ। ਹਲੇ ਫਿਲਹਾਲ ਦੇ ਦੋ ਗਰੁੱਪ ਦੀ ਜਿਵੇਂ ਲੜਾਈ ਆਪਸ 'ਚ ਦੱਸੀ ਜਾ ਰਹੀ ਹੈ। ਚੋਣਾਂ ਨੂੰ ਲੈ ਕੇ ਤਾਂ ਨਹੀਂ ਹੈਗੀ ਕੋਈ ਪਾਰਟੀ ਦੀ ਲੜਾਈ? ਫਿਲਹਾਲ ਇਸ ਟਾਈਪ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਵੀ ਚੋਣਾਂ ਜਾਂ ਪਾਰਟੀਬਾਜ਼ੀ ਦੀ, ਹਲੇ ਇੱਦਾਂ ਦਾ ਕੁਝ ਸਾਹਮਣੇ ਨਹੀਂ ਆਇਆ ਜੋ ਸਾਡੀ ਪ੍ਰੀਲਿਮੀਨਰੀ। मामला पटियाला का है, जहां एक सिमर नाम की लड़की ने 12 शादियां कर नौजवानों को ठगी का शिकार बनाया। इस सिमर नाम की लड़की पर पहले भी मुकदमे दर्ज हुए हैं। आपको बता दें कि मुकेश नाम के व्यक्ति जो हिसार का रहने वाला है, उसके मुताबिक सिमर ने उसके साथ शादी करने के बाद 4-5 लाख की ठगी की और फरार हो गई। इससे संबंधित मुकेश ने सिमर के खिलाफ पटियाला के लाहौरी गेट थाना में मामला दर्ज करवाया, पर पुलिस इस मामले में उसकी सुनवाई नहीं कर रही, जिससे परेशान होकर मुकेश मानसिक तौर पर परेशान हो रहा है। मुकेश सिमर के खिलाफ और जिसने उसकी शादी करवाई है, उस बिचौलिया के खिलाफ कानूनी कार्रवाई की मांग कर रहा है। फिरोजपुर भारत पाक बॉर्डर पर बीएसएफ और पंजाब पुलिस ने तलाशी अभियान के दौरान सरहदी इलाका खेतों में से एक चाइना मेड ड्रोन और उसके साथ बंधा हुआ एक हीरोइन का पैकेट बरामद किया है, और हीरोइन का वजन करीब 510 ग्राम बताया जा रहा है। वहीं मामले की जानकारी देते हुए डीएसपी राजेश कुमार ने बताया कि जब पंजाब पुलिस और बीएसएफ के जवान गांव गंदू खिलचा के एरिया में रूटीन में सर्च अभियान चला रहे थे, तो उन्हें खेतों में पड़ा हुआ एक ड्रोन दिखाई दिया।
जिसके साथ एक टेप से लपेटा हुआ पैकेट बंधा हुआ था और जब ड्रोन को कब्जे में लेकर पैकेट को खोला गया तो उसमें से हेरोइन बरामद की गई। आपको बता दें कि उस दौरान 510 ग्राम हेरोइन बरामद की गई। साथ ही उन्होंने बताया कि ये ड्रोन चाइना में DJI Mavic 3 क्लासिक है। फिलहाल इसे लेकर जांच की जा रही है। जो अज SHO ममदोट और BSF दे श्री KS पांडे जी दे नाल इन्हां दी जिहड़ी टीम सीगी इन्हां नूं जदों इनफॉर्मेशन मिली आ ते इह जा रहे आ ते तकरीबन पाकिस्तान दी तरफ तारों पार एक पोस्ट नंबर 195 DTM जिहड़ी कि दरिया दे विच मार करके बेड़ी राहीं जा के अगे जिहड़ी तीर्थमल पोस्ट आउंदी आ उस तों ਤਕਰੀਬਨ ਪਾਕਿਸਤਾਨ ਜਿਹੜਾ ਉਹ 300 ਮੀਟਰ ਦੀ ਦੂਰੀ 'ਤੇ ਉਹਦੀ ਵਸੋਂ ਜਿਹੜੀ ਹੈ ਸਟਾਰਟ ਹੋ ਜਾਂਦੀ ਹੈ। रोपड़ शहर के साथ लगे गांव मलिकपुर फ्लाईओवर के निकट कलिंकर लेकर आ रहे ट्रक में अचानक आग लग गई। जानकारी के मुताबिक ड्राइवर अपने ट्रक से कलिंकर लेकर अंबुजा सीमेंट फैक्ट्री दबूराजी की तरफ आ रहा था। जब वो मलिकपुर के फ्लाईओवर के निकट पहुंचा तो ट्रक के इंजन में अचानक धुआं निकलने लगा, जिसके बाद कुछ ही सेकेंड में आग ने ट्रक के कैबिन को अपनी चपेट में ले लिया। हर खबर पंजाब में फिलहाल के लिए बस इतना ही। जल्द हाजिर होंगे नई अपडेट्स के साथ। नमस्कार। Hey, look, I can download a